ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨੀਟਿੰਗ ਆਰਟ 'ਤੇ। ਅੱਜ ਮੈਂ ਤੁਹਾਡੇ ਲਈ ਜਾਲੀਦਾਰ ਡਿਜ਼ਾਇਨ ਲੈਕਰ ਆਈ ਹਾਂ। ਬਹੁਤ ਸੋਹਣਾ ਡਿਜ਼ਾਇਨ ਹੈ ਅਤੇ ਚਾਰ ਚਾਰ ਕੁੰਡਿਆਂ 'ਤੇ ਇਹ ਡਿਜ਼ਾਇਨ ਪੈਂਦਾ। ਜਦੋਂ ਵੀ ਇਹ ਡਿਜ਼ਾਇਨ ਪਾਉਣਾ ਹੋਵੇ ਤਾਂ ਅਸੀਂ ਚਾਰ ਚਾਰ ਕੁੰਡੇ ਦੇ ਹਿਸਾਬ ਨਾਲ ਕੁੰਡੇ ਪਾਉਣੇ ਆ ਔਰ ਤਿੰਨ ਕੁੰਡੇ ਐਕਸਟਰਾ ਪਾਉਣੇ ਆ, ਇਸ ਤਰ੍ਹਾਂ। ਅਤੇ ਡਿਜ਼ਾਇਨ ਬਣਾਉਂਦੀ ਹਾਂ ਮੈਂ। ਆਹ ਇੱਕ ਪੁੱਠੀ ਸਿਲਾਈ ਹੈ ਕੁੰਡੇ ਪਾਉਣ ਤੋਂ ਬਾਅਦ, ਇਹ ਪਾਉਣ ਤੋਂ ਬਾਅਦ। ਅਤੇ ਬੜਾ ਸੋਹਣਾ ਡਿਜ਼ਾਇਨ ਹੈ ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਪਸੰਦ ਆਏਗਾ, ਜੇਕਰ ਕਿ ਤੁਸੀਂ ਜਾਲੀਦਾਰ ਡਿਜ਼ਾਇਨ ਪਸੰਦ ਕਰਦੇ ਹੋ ਤਾਂ। ਅਤੇ ਜੇਕਰ ਕਿ ਪਸੰਦ ਆਵੇ ਤਾਂ ਇਸਨੂੰ ਲਾਈਕ ਕਰਨਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਚਾਰ ਚਾਰ ਸਿਲਾਈਆਂ ਹੈ ਇਸ ਨੂੰ, ਮਤਲਬ ਵੀ ਇਹ ਹੈ ਤਾਂ ਇੱਕ ਸਿਲਾਈ ਦਾ ਹੀ ਡਿਜ਼ਾਇਨ, ਪਰ ਸ਼ੁਰੂ ਕਰਨ ਵੇਲੇ ਇਹ ਚਾਰ ਸਿਲਾਈਆਂ 'ਚ ਕੰਪਲੀਟ ਹੁੰਦਾ। ਇਹ ਪਹਿਲਾ ਕੁੰਡਾ ਆਪਾਂ ਇੱਦਾਂ ਉਤਾਰ ਲਿਆ, ਆਹ ਤਿੰਨ ਕੁੰਡੇ ਆ, ਇਹਨਾਂ ਨੂੰ ਅਸੀਂ ਮੈਂ ਉਲਟਾਵਾਂਗੇ ਉੱਪਰ ਦੀ ਇੱਦਾਂ। ਆਲੜੇ ਤਿੰਨ ਕੁੰਡੇ ਆ, ਇਸ ਤਰ੍ਹਾਂ ਦੋ ਕੁੰਡਿਆਂ ਦੇ ਵਿੱਚ ਦੀ ਅਸੀਂ ਇੱਕ ਜਾਲੀ ਬਣਾ ਲਈ ਔਰ ਇੱਕ ਕੁੰਡਾ ਅਸੀਂ ਬੁਣ ਲਿਆ ਸਿੱਧਾ ਹੀ ਇਸ ਤਰ੍ਹਾਂ। ਅੱਗੇ ਫਿਰ ਤਿੰਨ ਕੁੰਡੇ ਆ, ਇਹਨਾਂ ਨੂੰ ਫਿਰ ਇਸ ਤਰ੍ਹਾਂ ਉੱਪਰ ਦੀ ਉਲਟਾਵਾਂਗੇ, ਇੱਕ ਕੁੰਡਾ ਸਿੱਧਾ ਬੁਣ ਕੇ ਧਾਗਾ ਅੱਗੇ ਲਿਆ ਕੇ ਇੱਕ ਜਾਲੀ ਬੁਣਦੇ ਹੋਏ ਇੱਕ ਕੁੰਡਾ ਸਿੱਧਾ ਬੁਣ ਲੈਣਾ, ਫਿਰ ਅੱਗੇ ਇੱਕ ਕੁੰਡਾ ਸਿੱਧਾ ਹੀ, ਅਤੇ ਫਿਰ ਆਹ ਤਿੰਨ ਕੁੰਡੇ ਆ। ਤੀਸਰੇ ਕੁੰਡੇ ਨੂੰ ਉੱਪਰ ਦੇ ਉਲਟਾ ਕੇ ਇਸ ਤਰ੍ਹਾਂ ਛੱਡ ਦੇਣਾ, ਇੱਕ ਕੁੰਡਾ ਸਿੱਧਾ ਬੁਣਨਾ ਔਰ ਇੱਕ ਜਾਲੀ ਬਣਾਉਂਦੇ ਹੋਏ ਦੂਸਰੇ ਕੁੰਡੇ ਨੂੰ ਵੀ ਬੁਣ ਲਿਆ ਇਸ ਤਰ੍ਹਾਂ, ਫਿਰ ਇੱਕ ਸਿੱਧਾ, ਆ ਲਾਸਟ ਵਿੱਚ ਫਿਰ ਤਿੰਨ ਕੁੰਡੇ ਆ ਗਏ ਆਪਣੇ। ਦੋ ਕੁੰਡੇ ਛੱਡ ਕੇ ਤੀਸਰੇ ਕੁੰਡੇ ਨੂੰ ਉੱਪਰ ਦੇ ਉਲਟਾ ਕੇ ਇੱਦਾਂ ਛੱਡ ਦੇਣਾ, ਇਹ ਲੋਕ ਜਿਹਾ ਬਣ ਜਾਂਦਾ। ਆ ਹੋ ਗਿਆ ਇੱਕ ਕੁੰਡਾ ਸਿੱਧਾ ਔਰ ਜਾਲੀ ਇਸ ਤਰ੍ਹਾਂ। ਪੁੱਠੀ ਸਿਲਾਈ ਇਸ ਡਿਜ਼ਾਇਨ ਵਿੱਚ ਸਾਰੀ ਅਸੀਂ ਪੁੱਠੀ ਬਣਾਵਾਂਗੇ ਇਸ ਤਰ੍ਹਾਂ। ਆਪਣੇ ਵੱਲ ਧਾਗਾ ਰੱਖਦੇ ਹੋਏ ਸਾਰੇ ਕੁੰਡੇ ਪੁੱਠੇ ਪੁੱਠੇ ਹੀ ਬੁਣਦੇ ਨੇ। ਇਸ ਡਿਜ਼ਾਇਨ ਨੂੰ ਚਾਹੇ ਤਾਂ ਆਪਾਂ ਕਿਸੇ ਸਵੈਟਰ ਬਣਾਉਣਾ ਹੋਵੇ ਲੇਡੀਜ਼, ਉਹ 'ਤੇ ਵੀ ਪਾ ਸਕਦੇ ਹਾਂ, ਜੈਕਟ 'ਤੇ ਵੀ, ਆਲ ਓਵਰ ਜੈਕਟ 'ਤੇ ਵੀ ਪਾ ਸਕਦੇ ਹਾਂ। ਜੇ ਚਾਹੀਏ ਤਾਂ ਬਾਰਡਰ ਵੀ ਬਣਾ ਸਕਦੇ ਹਾਂ, ਇਹਦਾ ਚੌੜੀ ਚੌੜੀ ਪੱਟੀ ਜੀ ਬਣਾ ਕੇ ਬਾਰਡਰ ਦੇ ਤਰ੍ਹਾਂ, ਅਤੇ ਉੱਪਰ ਅਸੀਂ ਕੋਈ ਵੀ ਡਿਜ਼ਾਇਨ ਪਾ ਦਈਏ ਇਸ ਤਰ੍ਹਾਂ। ਅਗਲੀ ਸਿਲਾਈ ਹੈ, ਹੁਣ ਪਹਿਲਾਂ ਅਸੀਂ ਆਹ ਤਿੰਨ ਕੁੰਡਿਆਂ ਦੇ ਉੱਪਰ ਪਾਏ ਸੀ, ਹੁਣ ਆਹ ਜਾਲੀ ਵਾਲਾ ਕੁੰਡਾ ਗਾ, ਇਸ ਨੂੰ ਆਪਾਂ ਸਿੱਧਾ ਹੀ ਬੁਣ ਲਾਂਗੇ ਇੱਦਾਂ। ਆਹ ਜਿਹੜੇ ਤਿੰਨ ਕੁੰਡੇ ਆ ਇਹਨਾਂ ਦੇ ਉੱਪਰ ਦੀ ਡਿਜ਼ਾਇਨ ਬਣੇਗਾ ਇੱਦਾਂ। ਆਹ ਕੁੰਡਾ ਸਿੱਧਾ ਹੀ ਔਰ ਆਹ ਤਿੰਨ ਕੁੰਡੇ
ਇਹਨਾਂ ਨੂੰ ਇਸ ਤਰ੍ਹਾਂ ਸਾਰੀ ਸਿਲਾਈ ਪੁੱਠੀ ਬਣ ਜਾਣੀ ਹੈ। ਬਣਾਇਆ ਹੋਇਆ ਡਿਜ਼ਾਇਨ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ।